ਜਿਹੜਾ ਏਜੰਡਾ ਕੈਂਸਲ ਕਰਵਾਇਆ, ਇਹ ਏਜੰਡਾ ਕੈਂਸਲ ਕਰਵਾਇਆ, ਇਸ ਕਰਕੇ ਕੈਂਸਲ ਕਰਵਾਇਆ ਵੀ ਇਹ ਕਿਸੇ ਹੱਦ ਤੱਕ ਇਹਦੇ ਬਾਰੇ ਠੱਗੀ ਨਾ ਹੋ ਸਕੇ। ਕੀ ਸਾਡੇ ਕੋਲ ਪਰੂਫ ਹੈ ਜੀ? ਕੀ ਅਸੀਂ ਪਰਮਾਤਮਾ ਵੱਲੋਂ ਇਹੋ ਜਿਹੀ ਕੋਈ ਕਰਕੇ ਆਏ ਹੋਏ ਹਾਂ ਵੀ ਸਾਨੂੰ ਇਹ ਪਤਾ ਵੀ ਆਹ ਕੂੜਾ ਇੰਨਾ ਪਿਆ, ਉਹ ਕੂੜਾ ਇੰਨੇ ਟਨ ਪਿਆ? ਕਿਸੇ ਨੂੰ ਕੀ ਪਤਾ ਇਸ ਬਾਰੇ? ਕੋਈ ਸਰਵੇ ਹੋਇਆ ਜਾਂ ਕੁਛ ਹੋਰ ਹੋਇਆ, ਉਹ ਸਾਨੂੰ ਦਿਖਾਇਆ ਜਾਵੇ ਵੀ ਇਹ ਕੂੜੇ ਦੀ ਨਾਪੀ ਕਿਵੇਂ ਹੁੰਦੀ ਆ। ਸਾਨੂੰ ਤਾਂ ਕੂੜੇ ਦੀ ਨਾਪੀ ਦਾ ਹੀ ਨਹੀਂ ਪਤਾ ਵੀ ਕਿਵੇਂ, ਤਾਂ ਮੈਨੂੰ ਤਾਂ ਪਤਾ ਨਹੀਂ ਲੱਗਿਆ, ਅੱਜ ਮੈਨੂੰ 25 ਸਾਲ ਹੋ ਗਏ ਕਿੱਥੇ ਫਿਰਦੇ ਨੂੰ, ਮੈਨੂੰ ਤਾਂ ਪਤਾ ਨਹੀਂ ਲੱਗਿਆ ਅੱਜ ਤੱਕ। ਪਹਿਲਾਂ ਕਹਿੰਦੇ 90,000 ਐਮਟੀ ਆ ਜੀ, ਹੁਣ ਕਹਿੰਦੇ 1,47,000 ਐਮਟੀ ਆ। ਬਸ ਉਹ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਵੀ ਨਿਰਿਓ ਠੱਗੀ ਆ, ਇਹ 'ਚ ਸਾਰੀ ਓ ਠੱਗੀ ਆ, ਹੋਰ ਕੁਛ ਨਹੀਂ ਹੈ। ਇੱਧਰੋਂ ਮਿੱਟੀ ਚੱਕੀ ਉੱਧਰ ਸੁੱਟਦੀ, ਉੱਧਰੋਂ ਮਿੱਟੀ ਚੱਕੀ ਉੱਧਰ ਸੁੱਟਦੀ। ਇਸੇ ਕਰਕੇ ਆਹ ਜਿਹੜਾ ਅਸੀਂ ਹਾਊਸ ਦੇ ਵਿੱਚ ਸਾਡੇ ਸਤਿਕਾਰਯੋਗ ਮੈਂਬਰ ਸਾਹਿਬ ਨੇ ਸੁਨੀਲ ਕੁਮਾਰ ਮੀਟਾ ਜੀ, ਆਪਣੇ ਪੌਂਪੀ ਜੀ, ਇਹਨਾਂ ਨੇ ਮਸਲਾ ਚੱਕਿਆ, ਇਹਨਾਂ ਨੇ ਇਸੇ ਕਰਕੇ ਮਸਲਾ ਚੱਕਿਆ ਹੈ। ਜਿਹੜੀ 3 ਕਰੋੜ ਜਿਹੜੀ 83 ਲੱਖ ਦੀ ਜਿਹੜੀ ਉਹ ਪੇਮੈਂਟ ਵੱਡੀ ਦੱਸੀ ਜਾ ਰਹੀ ਹੈ, ਫਿਰ ਉਸ ਤਰ੍ਹਾਂ ਉਹਦਾ ਉਹ ਦੇਖੋ ਜੀ, ਹੁਣ ਇਹ ਬੈਠੇ ਕੀ ਕਰਦੇ ਨੇ? ਅਸੀਂ ਇਸੇ ਗੱਲ ਦੀ ਤਾਂ ਮਤਲਬ ਕਿ ਮਤਾ ਕੈਂਸਲ ਕਰਾਇਆ, ਇਹ ਜਿਹੜਾ ਮਤਾ ਕੈਂਸਲ ਕਰਾਇਆ ਉਹ ਇਸੇ ਕਰਕੇ ਹੀ ਕਰਾਇਆ ਵੀ ਇਹ ਨੇਰਾ ਹੀ ਘਪਲਾ ਹੈ ਜੀ। ਪੇਮੈਂਟ ਦਾ ਹੁਣ ਉਹਦਾ ਵੀ ਦੇਖਦੇ, ਉਹਦੀ ਵੀ ਜਾਂਚ ਕਰਦੇ ਵੀ ਉਹ ਪੇਮੈਂਟ ਕਿਸ ਬੇਸ 'ਤੇ ਹੋਈ ਹੈ। 40,45,000 ਦੀ ਪੇਮੈਂਟ ਕਰਤੀ, ਕਿਸ ਬੇਸ 'ਤੇ ਹੋਈ ਆ ਉਹ ਪੇਮੈਂਟ? ਜੀ ਅੱਜ ਤਾਂ ਇੱਕ ਤਾਂ ਪਿਛਲਾ ਹੀ ਮੁੱਦਾ ਜੀ, ਤੁਹਾਡੇ ਮਾਧਿਅਮ ਨਾਲ ਤੁਹਾਡਾ ਬਹੁਤ ਧੰਨਵਾਦ, ਜਿਹੜੇ ਤੁਸੀਂ ਸਮੇਂ ਸਮੇਂ ਸਰਕਾਰ ਤੱਕ ਪਹੁੰਚਾਉਂਦੇ, ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੁੰਦਾ ਮੈਂ। ਅਤੇ ਇੱਕ ਪਿਛਲੀ ਮੀਟਿੰਗ ਜਿਹੜੀ ਸਾਡੀ ਮਹੀਨਾਵਾਰ ਮੀਟਿੰਗ, ਉਹਦੇ ਮੈਂ ਸਨ ਸਿਟੀ ਦੇ ਨਾਲ ਦੀ ਇੱਕ ਸੜਕ ਦਾ ਮੁੱਦਾ ਉਠਾਇਆ ਸੀਗਾ, ਪਰ ਉਹ ਤਾਂ ਅੱਜ ਸਾਡੇ ਅੱਜ ਮੀਟਿੰਗ ਸੀ ਸਾਡੀ ਫੇਰ ਅੱਜ ਹਾਊਸ ਦੀ, ਅਤੇ ਇਹਦੇ ਵਿੱਚ ਅੱਜ ਸਾਡੇ ਅਫਸਰ ਸਾਹਿਬਾਨ ਨੇ ਜਾਂ ਤਾਂ ਉਹਨੂੰ ਕੋਈ ਜਵਾਬ ਨਹੀਂ ਹੈ ਜਾਂ ਵਿੱਚੋਂ ਕੋਈ ਹੋਰ ਝੋਲ ਮੋਲਾ, ਉਹ ਸਾਰੇ ਗੈਰ ਹਾਜ਼ਰ ਨੇ ਜੀ। ਉਹਦੇ ਬਾਰੇ ਮੁੱਦਾ ਜੀ, ਪਹਿਲਾਂ ਤਾਂ ਉਹ ਜਿਹੜੀ ਉਹਦੀ 1,47,000 ਮੀਟਰਿਕ ਟਨ ਕੂੜਾ ਕਿਹਾ ਜੀ, ਫਿਰ ਉਹ 90,000 ਕਿਹਾ ਜੀ, ਅਤੇ ਹੁਣ ਉਹ ਕਹਿੰਦੇ 19 'ਚ ਹੋ ਗਿਆ ਵੀ ਜਿਹੜੀ ਇਹਦੀ 3,83,00,000 ਦੀ ਅਮਾਊਂਟ ਸੀਗੀ ਉਹ ਪੂਰੀ ਹੈ, ਅਤੇ ਹੁਣ 57,000 ਮੀਟਰਿਕ ਟਨ ਹੋਰ ਕੂੜਾ ਉਹ ਜਿਹੜਾ ਚੱਕਿਆ ਗਿਆ ਕਿੱਥੇ ਰੱਖਿਆ ਗਿਆ, ਕੀ ਉਹਨੂੰ ਸੈਗਰੀਗੇਟ ਕਰਕੇ ਕੀ ਉਹਦਾ ਪ੍ਰੋਫਿਟ ਹੋਇਆ, ਕੀ ਲੋਸ ਹੋਇਆ, ਕੁਛ ਵੀ ਨਹੀਂ ਹੈ ਜੀ। ਇਹ ਤਾਂ ਬਹੁਤ ਬੜਾ ਇੱਕ ਮਤਲਬ ਇਹਦੇ ਵਿੱਚ ਬਹੁਤ ਵੱਡੀ ਕੋਈ ਹੇਰਾਫੇਰੀ ਹੋ ਸਕਦੀ ਆ, ਪਰ ਅਸੀਂ ਪ੍ਰਧਾਨ ਜੀ ਨੂੰ ਇਹ ਕਿਹਾ ਵੀ ਇਹ ਇਹਨੂੰ ਕੈਂਸਲ ਕਰਿਆ ਜਾਵੇ, ਜਿਹੜੇ ਬੰਦੇ ਇਹਨਾਂ ਦੇ ਵਿੱਚ ਸੰਬੰਧਿਤ ਜਿਹੜੇ ਵੀ ਅਫਸਰ ਨੇ ਜਾਂ ਦੋਸ਼ੀ ਨੇ, ਜਾ ਕੇ ਉਹਨਾਂ ਦੇ ਬਣਦੀ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਆ, ਅਤੇ ਇਹਨਾਂ ਨੂੰ ਪਾਰਦਰਸ਼ੀ ਢੰਗ ਨਾਲ ਆਪਾਂ ਸ਼ਹਿਰ ਨੂੰ ਸੁੰਦਰੀਕਰਨ ਕਰਨ ਵਾਸਤੇ ਇਹਦੇ ਲਈ ਮਿਊਂਸੀਪਲ ਕੌਂਸਲ ਦਾ ਜਿਹੜਾ ਪੈਸਾ ਉਹ ਖਰਾਬ ਨਹੀਂ ਹੋਣ ਦੇਣਾ, ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਆ ਉਹ ਲੋਕਾਂ ਤੱਕ ਵਧੀਆ ਸਹੂਲਤਾਂ ਲੈ ਕੇ ਭੇਜ ਦਿੰਦੇ ਨੇ ਸਾਨੂੰ, ਜਿਵੇਂ ਸਕੂਲ ਵਧੀਆ ਬਣਾ ਤੇ, ਮੁਹੱਲਾ ਕਲੀਨਿਕ ਬਣਾ ਤੇ, ਸਮੇਂ ਸਮੇਂ ਤੇ ਜਿਹੜੀਆਂ ਵੀ ਹੈਗੀਆਂ ਨੇ ਕੋਈ ਸਮੱਸਿਆਵਾਂ ਲੋਕਾਂ ਦੀ, ਉਹਨਾਂ ਦਾ ਹੱਲ ਕਰੇ ਜਾ ਰਹੇ ਨੇ। ਇਹ ਜੀ ਇਹਦੇ ਖਿਲਾਫ਼ ਲਿਖ ਕੇ ਦਿੱਤਾ ਜੀ ਹੁਣ ਕਾਹ ਨੂੰ, ਕਦੋਂ ਵੀ ਜੇ ਮਤਲਬ ਜਿਵੇਂ ਉਹਨਾਂ ਦੇ ਸਾਇਨਾਂ ਤੋਂ ਬਿਨਾਂ ਮੀਟਿੰਗ ਰੱਖੀ ਨਹੀਂ ਜਾਂਦੀ, ਅੱਜ ਉਹਨਾਂ ਨੂੰ ਪਤਾ ਸੀ ਜੇ ਕਿਤੇ ਕੋਈ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਸੀ, 3-4 ਨੂੰ ਜਿੰਨੇ ਵੀ ਗਏ ਨੇ ਜਿਹੜੇ ਐਬਸੈਂਟ ਨੇ, ਉਹਨਾਂ ਨੂੰ ਜ਼ਰੂਰੀ ਕੰਮ ਸੀ ਉਹ ਕੱਲ੍ਹ ਦੱਸਦੇ, ਪ੍ਰਧਾਨ ਜੀ ਨੂੰ ਪਰਸੋਂ ਦੱਸ ਦਿੰਦੇ, ਇੱਕਦਮ ਤਾਂ ਅੱਜ ਦਾ ਮੀਟਿੰਗ ਛੱਡ ਕੇ ਜਾਣ ਦਾ ਕੋਈ ਮਤਲਬ ਨਹੀਂ ਬਣਦਾ। ਜਿਹੜਾ ਕੂੜੇ ਦਾ ਜੀ ਰੈਮੀਟੇਸ਼ਨ ਦਾ ਟੈਂਡਰ ਆ, ਉਹ ਰੈਮੀਟੇਸ਼ਨ ਦਾ ਟੈਂਡਰ ਪਹਿਲਾਂ ਤਾਂ ਬਹੁਤ ਹੀ ਮੰਦਭਾਗੀ ਗੱਲ ਆ, ਇਹਨਾਂ ਨੂੰ ਇਹ ਨਹੀਂ ਪਤਾ ਰੈਮੀਟੇਸ਼ਨ ਹੁੰਦਾ ਕੀ। ਮਾਨਯੋਗ ਪ੍ਰਧਾਨ ਜੀ ਜਿਹੜੀ ਸੀਟ 'ਤੇ ਉਹਨਾਂ ਦੱਸਣਾ ਬਣਦਾ ਸੀ ਰੈਮੀਟੇਸ਼ਨ ਕੀ ਹੁੰਦਾ, ਅਫਸਰ ਸਾਹਿਬਾਨ ਹੈ ਨਹੀਂ, ਉਹ ਟੋਟਲ ਉੱਥੇ ਸਕੈਮ ਹੋ ਰਿਹਾ। ਮੈਂ ਆਹ ਕੰਡਾ ਪਰਚੀਆਂ ਮੇਰੇ ਕੋਲ ਨੇ, ਇੱਕ ਦਿਨ ਦੇ ਵਿੱਚ ਹੀ ਟੋਟਲ ਕੰਡਾ ਪਰਚੀਆਂ ਕੱਢਦੇ, ਮੈਂ ਤੁਹਾਨੂੰ ਵਟਸਐਪ ਕਰ ਦੂੰਗਾ, ਇਹ ਤਾਂ ਕਲੀਅਰ ਨਹੀਂ ਹੈਗਾ। ਸੇਮ ਡੇ ਦੇ ਵਿੱਚ ਕਦੇ ਵੀ ਕੰਡਾ ਪਰਚੀ ਆਏ ਨਹੀਂ ਨਿਕਲਦੀ ਇੱਕੋ ਪੇਜ, ਇਹ ਕੰਡਾ ਪਰਚੀਆਂ ਕੱਢੀਆਂ ਗਈਆਂ ਨੇ। ਹੁਣੇ ਕਹਿੰਦੇ ਸੀ 57,000 ਟਨ ਦਾ ਹੋਰ ਰੈਮੀਟੇਸ਼ਨ ਕਰਨਾ,
ਜਿਹੜਾ ਪੁਰਾਣਾ ਰੈਮੀਡੀਏਸ਼ਨ ਹੋਇਆ ਉਹਦੇ ਵਿੱਚੋਂ ਹਜ਼ਾਰਡਸ ਵੇਸਟ ਨਿਕਲਦਾ, ਪਲਾਸਟਿਕ ਨਿਕਲਦਾ, ਮਿੱਟੀ ਨਿਕਲਦੀ ਆ, ਨਾ ਤਾਂ ਕੋਈ ਲੈਂਡ ਫਿਲਿੰਗ ਹੋਈ ਆ, ਨਾ ਕਿਸੇ ਪਲਾਸਟਿਕ ਦਾ ਕੋਈ ਬਿੱਲ ਆ। ਜਿਹੜੀ ਉੱਥੇ ਟਰੋਲ ਇਹਨਾਂ ਨੇ ਲਾਈ ਵੀ ਆ, ਟਰੋਲ ਬੈਲਟ ਲਾਈ ਵੀ ਆ, ਟਰੋਲ ਬੈਲਟ ਦੀ ਇਹਨਾਂ ਕੋਲ ਕਪੈਸਿਟੀ ਨਹੀਂ ਪਤਾ ਇਹਨਾਂ ਨੂੰ ਕਿੰਨੀ ਕਪੈਸਿਟੀ ਆ। ਸੋ 3,83,00,000 ਰੁਪਏ ਦੇ ਵਿੱਚੋਂ ਇਹਨਾਂ ਨੇ ਕੁਛ ਪੇਮੈਂਟ ਕਰ ਵੀ ਦਿੱਤੀ ਆ। 9 ਤਰੀਕ ਨੂੰ ਮੈਂ ਇਹਨਾਂ ਨੂੰ ਇੱਕ ਮਾਨਯੋਗ ਯੂਐਸ ਸਾਹਿਬ ਨੂੰ ਦੇ ਕੇ ਗਿਆ ਸੀ ਵੀ ਟੋਟਲ ਘਪਲਾ ਹੋ ਰਿਹਾ ਪੜਾਓ ਦੇ ਵਿੱਚ, ਚਾਹੇ ਸਾਰਾ ਮੀਡੀਆ ਜਾ ਕੇ ਦੇਖ ਲਿਓ, ਪੜਾਓ ਦੇ ਵਿੱਚ ਉਵੇਂ ਪਈ ਆ, ਵਿੱਚੇ ਪਲਾਸਟਿਕ ਪਈ ਆ, ਲੈਂਡ ਫਿਲਿੰਗ ਕੋਈ ਨਹੀਂ, ਇਹ ਵੀ ਨਹੀਂ ਪਤਾ ਉਸ ਕੋਈ ਹਜ਼ਾਰਡਸ ਨਾ ਗਿਆ ਹੋਵੇ। ਸੋ ਟੋਟਲ ਦੇ ਟੋਟਲ ਉਹ ਘਪਲਾ ਜਾ ਰਿਹਾ। ਅੱਜ ਫੇਰ ਦੁਬਾਰਾ ਪ੍ਰੈਸ਼ਰਾਈਜ਼ ਕਰਕੇ ਮੀਟਿੰਗ ਰੱਖ ਕੇ ਉਹਨੂੰ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ ਗਈ। ਅਸੀਂ ਰੋਕਿਆ ਵੀ ਸ਼ਹਿਰ ਦਾ ਪੈਸਾ ਵੱਸ ਸਕੇ, ਡੰਪ ਦੇ ਉੱਤੇ ਬਿਲਕੁਲ ਵੀ ਕੋਈ ਜਗ੍ਹਾ ਨਹੀਂ ਖਾਲੀ ਹੋਈ, ਜਿਹੜੇ ਜਗ੍ਹਾ ਖਾਲੀ ਹੋਈ ਜਿਵੇਂ ਕੂੜਾ ਰੈਮੀਡੇਸ਼ਨ ਹੋਇਆ ਉੱਥੋਂ ਸਪੇਸ ਤਾਂ ਖਾਲੀ ਹੋਵੇ, ਕੁਛ ਵੀ ਨਹੀਂ ਹੈਗਾ, ਨਾਥੇ ਕੋਲ ਟੋਟਲ ਘਪਲਾ ਤੇ ਸਕੈਮ ਚੱਲ ਰਿਹਾ। ਆਹ ਚੀਜ਼ ਹੋਈ ਆ, ਮੈਂ ਇਹਦੇ ਬਾਰੇ ਕਿਹਾ ਸੀ ਵੀ ਆਪਾਂ ਐਵੇਂ ਗਲਤ ਮਤੇ ਨਾ ਲੈ ਕੇ ਵੱਡੀ ਰਕਮ ਜਿਹੜੀ ਪਹਿਲਾਂ ਇਹ ਬਿਲਕੁਲ ਜੀ ਪਹਿਲਾਂ ਮਾਣਯੋਗ ਮੰਤਰੀ ਸਾਹਿਬ ਦੇ ਲਿਆ ਜਾਊਗੀ ਉਹਨਾਂ ਦੀ ਨੌਲੇਜ ਦੇ ਵਿੱਚ, ਉਹ ਤੋਂ ਬਾਅਦ ਬਿਜ਼ਨਸ ਕੰਪਲੀਟ ਕੀਤੀ ਜਾਊਗੀ ਕਿਉਂਕਿ ਸਾਰੇ ਤੱਥ ਸਾਰੇ ਪ੍ਰੂਫ ਹੈਗੇ ਨੇ। ਮਿੱਟੀ ਪੜਾਓ ਦੇ ਵਿੱਚ ਪਈ ਆ, ਉਹਨਾਂ ਨੇ ਸਿੱਟੀ ਵੀ, ਕੁਛ ਵੀ ਨਹੀਂ ਉੱਥੇ ਹੋਇਆ, ਕੋਈ ਰੈਮੀਡੇਸ਼ਨ ਨਹੀਂ ਹੋਈ, ਕੁਛ ਨਹੀਂ ਹੋਇਆ। ਉਹਦੇ ਨਾਂ ਦੇ ਉੱਤੇ ਨਜਾਇਜ਼ ਅਫਸਰਸ਼ਾਹੀ ਪੈਸਾ ਦੇ ਰਹੀ ਆ। ਪ੍ਰਧਾਨ ਜੀ ਨੂੰ ਵੀ ਕਿਹਾ ਸੀ ਤੁਹਾਡੇ ਕਾਊਂਟਰ ਸਾਈਨ ਨੇ, ਤੁਸੀਂ ਇਸ ਸੀਟ ਦੇ ਹੱਕਦਾਰ ਹੋ, ਤੁਸੀਂ ਦੇਖਣਾ ਤਾਂ ਹੈ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਉੱਥੇ ਅਜੇ ਕੁਛ ਨਹੀਂ ਹੈਗਾ, ਕੋਈ ਰੈਮੀਡੇਸ਼ਨ ਨਹੀਂ, ਉੱਥੇ ਵੀ ਜਗ੍ਹਾ ਖਾਲੀ ਨਹੀਂ। ਹੁਣ ਜਾਣ ਕੇ ਪ੍ਰੈਸ਼ਰਾਈਜ਼ ਕਰਕੇ 57,000 ਟਨ ਦਾ ਹੋਰ ਨਗਰ ਕੌਂਸਲ ਦੇ ਵਜਨ ਪਾਇਆ ਜਾ ਰਿਹਾ ਵੀ ਉਹ ਵੀ ਪੈਸੇ ਦਵਾਏ ਜਾਣ। ਸੋ ਕੰਪਨੀ ਦਾ ਕੰਮ ਚੈੱਕ ਕੀਤਾ ਟੋਟਲ, ਉਹਨੂੰ ਬਲੈਕਲਿਸਟ ਕਰਨ ਵਾਲੀ ਹੈ, ਸ਼ਹਿਰ ਦਾ ਪੈਸਾ ਖਰਾਬ।